ਕੀ ਕਰ ਰਿਹਾ ਵਾ, ਜਾਨਵਰ ਤੋਂ ਬਚਾ ਰਿਹਾ। ਦੇਖੋ ਜੀ, ਹੁਣ ਲੱਗਾ ਲਾਉਣ, ਚੱਲਣ ਲੱਗਾ। ਦੇਖੋ ਹੁਣ ਮਜ਼ਾ ਆ ਗਿਆ। ਅਸਲਾਮ ਵਾਲੇਕੁਮ ਦੋਸਤੋ, ਦੋਸਤੋ ਮੀਕਲ ਸੇ ਬਿਲਕੁਲ ਠੀਕ ਠਾਕ, ਖੈਰ ਆਫੀਅਤ ਨਾਲ ਹੋਗੇ ਦੋਸਤੋ। ਜਿਸੇ ਕਰੰਡੇ ਮੱਕੀ ਦੀ ਰਾਖੀ ਦੋਸਤ ਦੇ ਕੋਲ ਆਇਆ ਵਾ। ਮੱਕੀ ਦੀ ਇਸ ਟਾਈਮ ਕਰਦਾ ਪਿਆ ਰਾਖੀ ਆਪਦੇ ਮੱਕੀ ਦੀ। ਮੈਂ ਕਿਹਾ ਚਲੋ ਚੱਲਦੇ, ਉਹਦੇ ਥੋੜ੍ਹਾ ਬਹੁਤਾ ਗੱਪ ਸ਼ੱਪ ਲਾ ਕੇ ਨੇ, ਨਾਲੇ ਤੁਹਾਨੂੰ ਦਿਖਾਉਂਦੇ ਹੋ ਕਿੱਦਾਂ ਮੱਕੀ ਦੀ ਰਾਖੀ ਕਰਦਾ ਪਿਆ। ਆਹ ਤੁਹਾਨੂੰ ਦਿਖਾਉਂਦੇ, ਦੇਖੋ ਸਾਡਾ ਸ਼ਿਕਾਰੀ ਘਰ ਵੰਜ ਮਰੀ ਨਹੀਂ ਲੱਗੀ, ਉਹਦੇ ਨਹੀਂ ਲੱਗੀ, ਉਹਦੇ ਮਾਰ ਉਹਦੇ। ਇਹ ਜੀ ਇੱਥੇ ਮੱਕੀ ਦੀ ਰਾਖੀ ਕਰਦਾ ਪਿਆ। ਆਹ ਦੇਖੋ ਮੱਕੀ ਬੀਜੀ ਹੈ, ਗਲਹਿਰੀਆਂ ਵਾ ਜਾਂ ਹੋਰ ਕੋਈ ਜਾਨਵਰ ਜਿਹਨੇ ਬੀਜ ਪੱਟਦੇ ਹੁੰਦੇ, ਬਹਿੰਦੇ ਬੀਜ ਪੱਟ ਦਿੰਦੇ ਆ, ਖਰਾਬ ਕਰਦੇ ਫਸਲ। ਉਹਦੇ ਵਾਸਤੇ ਜੀ ਇਹਨੇ ਏਅਰ ਗਨ ਲੈ ਕੇ ਆਇਆ ਵਾ, ਤੁਹਾਨੂੰ ਦਿਖਾਉਂਦੇ। ਭਰੀਏ ਹੁਣ, ਹੁਣ ਇਹ ਕਰੇਗਾ ਸ਼ਿਕਾਰ। ਨੇ ਗਲੇਲ ਵੀ ਰੱਖੀ ਸੀਗੀ, ਲੇਕਿਨ ਗਲੇਲ ਦੇ ਨਾਲ ਗਲੇਲ ਨਾਲ ਕੰਮ ਨਹੀਂ ਬਣਦਾ ਸੀਗਾ, ਗਲੇਲ ਨਹੀਂ ਉੱਡਦੇ ਸੀਗੇ, ਨਹੀਂ ਉੱਡਦੇ ਸੀ ਬਿਲਕੁਲ ਵੀ। ਤੇ ਸੁਆ ਬੰਦੂਕ ਲੈ ਕੇ ਆਇਆ ਕਹਿੰਦਾ ਜੀ ਗਲੇਲ ਨਾ ਜੀ ਕੋਈ ਨਹੀਂ ਕੁਛ ਨਹੀਂ ਬਣਦਾ ਸੀਗਾ, ਚੱਕ ਕੇ ਕਹਿੰਦਾ ਥੱਕ ਹੋ ਗਿਆ, ਫਿਰ ਘਰ ਲੈ ਘਰੋਂ ਜਾ ਕੇ ਬੰਦੂਕ ਚੱਕ ਕੇ ਲੈ ਕੇ ਆ ਰੱਖੀ। ਹੁਣ ਇਹਨੂੰ ਬਣਾ ਰਿਹਾ ਗਲੇਲ ਨੂੰ। ਹੁਣ ਇਹਦੇ ਨਾਲ ਗਲੇਲ ਦੇ ਨਾਲ ਕੀ ਚਲਾਉਣਾ ਸੀ, ਵੱਟੇ ਵੱਟੇ ਚਲਾਈ ਰੱਖਦਾ ਜੀ। ਹੁਣ ਸੈੱਟ ਕਰਦਾ ਪਿਆ ਵਾ ਗਲੇਲ। ਕੰਮ ਦੋਨੇ ਜੀ ਸ਼ਹਿਰੇ ਅਗਰ ਖਤਮ ਹੋ ਜਾਣ ਤਾਂ ਗਲੇਲ ਵੀ ਰੱਖੀ ਹੈ, ਗਲੇਲ ਨਾਲ ਵੀ ਕੰਮ ਚੱਲੇਗਾ, ਲੇਕਿਨ ਇੰਨਾ ਚੱਲਦਾ ਨਹੀਂ ਉਹਨਾਂ, ਕਹਿੰਦਾ ਜਿੰਨਾ ਬੰਦੂਕ ਨਾਲ ਕੰਮ ਹੁੰਦਾ। ਗਲੇਲ ਤਿਆਰ ਹੋ ਰਹੀ ਬਿਲਕੁਲ ਇਹਦੀ, ਹਵਾ ਵੀ ਕਾਫੀ ਤੇਜ਼ ਚੱਲਦੀ ਪਈ ਆ, ਮੌਸਮ ਵੀ ਆ ਦੇਖੋ ਕਾਫੀ ਜ਼ਿਆਦਾ ਬਾਰਿਸ਼ ਦਾ ਬਣਿਆ ਵਾ, ਦੇਖਦੇ ਪੈਣੇ ਹੈ ਨਾ, ਕਾਫੀ ਜ਼ਿਆਦਾ ਬਾਰਿਸ਼ ਦਾ ਮੌਸਮ ਆ। ਲੋ ਜੀ ਵੱਟਾ ਲੱਭ ਲਿਆ, ਵੱਟਾ ਵਿੱਚ ਰੱਖ ਲਿਆ ਵਾ। ਕੋਈ ਤਿਆਰ ਕੀਤਾ ਪਟਾਖਾ, ਆਹ ਵੀ ਤਿਆਰ ਕੀਤਾ ਇਹਨੇ, ਕੀ ਹੈ ਜੁਗਾੜ ਆ। ਤੇ ਕੀ ਲਾਇਆ ਪਹਿਲੇ ਦੱਸ ਇਹਦੇ ਨਾਲ? ਪੈਪ ਲਾਇਆ 4 ਇੰਚੀ ਦਾ, 4 ਇੰਚੀ ਦਾ ਪੈਪ, ਪਿੱਛੇ ਬੈਂਡ ਆ, ਅੱਛਾ ਅੱਗੋਂ 3 ਇੰਚੀ ਦਾ ਪੈਪ ਆ। ਦਿਖਾ ਤਾ ਗੁਸਰਾਖ ਦਿਖਾ ਤਾ ਇਹਦਾ ਕਰਕੇ। ਆਹ ਦੇਖੋ ਜੀ ਲੈਟਰ ਵੀ ਨਾਲ ਆ, ਅੱਛਾ ਚਲੋ ਹੁਣ ਆਪਣੇ ਹੁਣ ਚਲਾ ਕੇ ਦਿਖਾ ਕੇ ਵਿੱਚ ਕੀ ਪਾਉਣਾ ਵਾ, ਕੀ ਹੈ ਪੋਟਾਸ਼ ਆ, ਅੰਬਾਂ ਵਾਲਾ ਪੋਟਾਸ਼ ਇਹਦੇ ਵਿੱਚ ਪਾ ਦਾਂਗਾ, ਆਪ ਵਿੱਚ ਪਾਤਾ, ਥੋੜਾ ਜਿਹਾ ਪਾਣੀ ਪਾ ਕੇ ਉਹਨੂੰ ਹਿਲਾ ਕੇ ਗੈਸ ਬਣਾ ਕੇ ਫਿਰ ਉਹਨੂੰ ਪਾਣੀ ਤੂੰ ਚੱਲ ਖਾ ਲੈ, ਜੂ ਲੈ ਲਾ ਪਾਣੀ, ਕਹਿੰਦਾ ਥੋੜਾ ਪਾਣੀ ਪਾ ਕੇ ਨਾ ਹਿਲਾ ਕੇ ਨਾ, ਦੇਖਦੇ ਹਾਂ ਜੀ ਦੇਸੀ ਜੁਗਾੜ। ਇਹ ਜੀ ਦੇਸੀ ਜੁਗਾੜ ਹੈ ਜੀ, ਪਟਾਖਾ ਤਿਆਰ ਕੀਤਾ ਜੀ ਇਹਦਾ। ਇਹਦੇ ਨਾਲ ਇੱਥੇ ਮੱਕੀ ਦੀ ਲੱਤ ਸਹਿਣ ਰਾਖੀ ਕਰ ਰਿਹਾ ਵਾ, ਜਾਨਵਰ ਤੋਂ ਬਚਾ ਰਿਹਾ। ਦੇਖੋ ਅੱਛਾ ਜੀ, ਹੁਣ ਲੱਗਾ ਲਾਉਣ, ਚੱਲਣ ਲੱਗਾ। ਦੇਖੋ ਹੁਣ ਮਜ਼ਾ ਆ ਗਿਆ। ਆਇਆ ਮਜ਼ਾ, ਕਿੰਨੇ ਦਾ ਸਾਰਾ ਸਮਾਨ ਟੋਟਲ ਕਿੰਨੇ ਦਾ ਖਰਚਾ ਹੋ ਗਿਆ ਸੀ ਇੱਥੇ? ਅੱਛਾ ਇੱਕ ਦਾ ਫਿਰ ਵਜਾ ਕੇ ਦਿਖਾ, ਹੁਣ ਇੱਕ ਦਾ ਫਿਰ ਆਪਾਂ ਚਲਾਉਂਦੇ ਹਾਂ ਇਹਨੂੰ। ਤੁਸੀਂ ਦੱਸ ਤਾ ਕਹਿੰਦੇ 350 ਜਾਂ 400 ਦਾ ਲੈਟਰ ਆ, ਤੇ 200-250 ਰੁਪਏ ਇੱਥੇ ਖਰਚਾ ਹੋ ਗਿਆ ਪਾਈਪਾਂ ਤੇ, ਵਿੱਚ ਉਹ ਜਿਹੜੀ ਲਈ ਸੀਗੀ ਤਕਰੀਬਨ 100-150 ਰੁਪਏ ਦੀ, ਉਹ ਆ ਅੰਬਾਂ ਦੇ ਜਿਹੜਾ ਕਾਰਪੇਟ ਨਹੀਂ ਹੁੰਦਾ ਜਿੰਨਾ ਅੰਬਾਂ ਪੈਲ ਪਾਈ ਦੀ ਰੱਖੀ ਦਾ ਅੰਬ ਪਕਾਉਣ ਵਾਸਤੇ ਦਵਾਈ, ਉਹ ਆ।
पानी पिया वो हिलाया मजा आया। जिमें रॉकेट लॉन्चर नहीं चलता हों हिसाब है तो यदा नाम ही रॉकेट लॉन्चर रख दे। मजा आ गया दोस्तों। कि मैं उम्मीद लगता कि साढ़े इस पास देसी जुगाड़ साड़ी वीडियो थोड़ा अच्छी लगी होगी तो चलो इस देसी जुगाड़ दे तो साड़ी वीडियो ज़्यादा ज़्यादा शेयर करो तो नाले साढ़े चैनल पिंड पंजाब सबसक्राइब कर लियो नाले साढ़े फेसबुक पर भी पेज आ तो उत्थे जाकर साड़ी वीडियो देख सकते हो। अगली वीडियो तक सानू दियो हुण इजाजत ओके अल्लाह हाफिज़।